ਲੋਕ ਸਭਾ ਚੋਣਾਂ ਦੇ ਪ੍ਰਚਾਰ 'ਚ ਚੋਣ ਨਾਅਰੇ ਇੱਕ ਨਿਆਰਾ ਰੰਗ ਹੀ ਨਹੀਂ ਭਰਦੇ, ਸਗੋਂ ਲੋਕ ਉਮੀਦਾਂ ਨੂੰ ਵੀ ਜਗਾਉਂਦੇ ਨੇ। ਨਾਅਰੇ ਹੀ ਨੇ ਜਿਹੜੇ ਧਰਵਾਸ ਬਣਦੇ ਨੇ, ਤਾਂ ਹੀ ਸਿਆਸੀ ਧਿਰਾਂ ਦਾ ਪੂਰਾ ਤਾਣ ਖਿੱਚਾ ਪਾਉ ਨਾਅਰੇ ਘੜਨ 'ਤੇ ਲੱਗਦਾ। ਪੰਜਾਬ ਵਿੱਚ ਹਰ ਚੋਣ 'ਚ ਨਵਾਂ ਨਾਅਰਾ ਗੂੰਜਿਆ। ਭਾਜਪਾ ਨੇ ਹੁਣ ਇਸ ਵਾਰ 400 ਪਾਰ ਦਾ ਨਾਅਰਾ ਦਿੱਤਾ, ਜਦੋਂ ਕਿ ਕਾਂਗਰਸ ਨੇ ਹਾਥ ਬਦਲੇਗਾ ਹਾਲਾਤ ਦਾ ਨਾਅਰਾ ਦਿੱਤਾ। ਪੰਜਾਬ 'ਚ ਆਪ ਦੀ ਗੱਲ ਕਰੀਏ ਤਾਂ ਆਪ ਦਾ ਨਾਅਰਾ ਹੈ, ਸੰਸਦ 'ਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ 'ਤੇ ਵਧੇਗੀ ਸ਼ਾਨ। ਬਹੁਤੇ ਸਿਆਸੀ ਨਾਅਰੇ ਅਜੇ ਨੇ ਜਿਨ੍ਹਾਂ ਨੂੰ ਹਰ ਸਿਆਸੀ ਨੇਤਾ ਆਪਣੇ ਨਾਮ ਦੇ ਨਾਲ ਫਿੱਟ ਕਰ ਲੈਂਦਾ। ਮਿਸਾਲ ਵਜੋਂ ਦੇਸ਼ ਦਾ ਨੇਤਾ ਕੈਸਾ ਹੋ, ਜੀਤੂਗਾ ਬਈ ਜੀਤੂਗਾ ਅਤੇ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕੇ। ਪੁਰਾਣੇ ਵੇਲਿਆਂ ਦੇ ਵਿੱਚ ਗੱਲ ਕਰੀਏ ਤਾਂ ਚੋਣ ਨਾਅਰਿਆਂ 'ਚ ਪੰਥਕ ਦਿੱਖ ਵਾਲੇ ਨਾਅਰੇ ਗੂੰਜਦੇ ਸਨ, ਜਿਵੇਂ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਦੇਖ ਦੇਖ ਫਤਿਹ ਪੰਥ ਕੀ ਜੀਤ, ਜਿੱਤੇਗਾ ਬਈ ਜਿੱਤੇਗਾ, ਤਗੜੀ ਵਾਲਾ ਜਿੱਤੇਗਾ। ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਅਕਾਲੀ ਸਿਆਸਤ ਦੇ ਵਿੱਚ ਰਾਜ ਨਹੀਂ ਸੇਵਾ ਮਗਰੋਂ ਹੁਣ ਸਾਡਾ ਵੀਰ ਸੁਖਵੀਰ ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਅਕਾਲੀ ਦਲ ਅਤੇ ਜਨ ਸੰਘ ਦਾ ਗਠਜੋੜ ਹੁੰਦਾ ਸੀ ਤਾਂ ਉਦੋਂ ਕਾਂਗਰਸੀਆਂ ਦਾ ਅਕਾਲੀਆਂ ਖਿਲਾਫ ਇੱਕ ਹੀ ਨਾਰਾ ਹੁੰਦਾ ਸੀ, ਤਗੜੀ ਦੇ ਵਿੱਚ ਦੀਵਾ ਫਸਾ ਕੇ ਲੈਣ ਆਉਣਗੇ ਵੋਟਾਂ ਨੂੰ, ਪਾਓ ਨਾ ਵੀ ਪਾਓ ਨਾ। ਪਹਿਲੀ ਲੋਕ ਸਭਾ ਚੋਣ ਹੋਈ ਤਾਂ ਕਾਂਗਰਸ ਨੇ ਨਾਰਾ ਦਿੱਤਾ, ਸਥਾਈ ਅਸੰਪਰਦਾਇਕ ਤੇ ਪ੍ਰਗਤੀਸ਼ੀਲ ਸਰਕਾਰ ਕੇ ਲਈ ਕਾਂਗਰਸ। ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪਹਿਲਾਂ ਚੋਣ ਤੋਂ ਹਟ ਕੇ ਨਾਰਾ ਪ੍ਰਚਲਿਤ ਕੀਤਾ, ਉਹ ਨਾਰਾ ਸੀ ਹਿੰਦੀ ਚੀਨੀ ਪਾਈ ਪਾਈ। ਜਨ ਸੰਘ ਨੇ 1962 ਦੇ ਵਿੱਚ ਨਹਿਰੂ ਦੀ ਵਿਦੇਸ਼ ਨੀਤੀ ਤੇ ਤੰਜ ਕੀਤਾ, ਵਾਰੇ ਨਹਿਰੂ ਤੇਰੀ ਮੋਜ, ਘਰ ਮੇ ਹਮਲਾ ਬਾਹਰ ਫੌਜ। ਲਾਲ ਬਹਾਦਰ ਸ਼ਾਸਤਰੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਰਾ ਅੱਜ ਵੀ ਮਕਬੂਲ ਹੈ, ਜੈ ਜਵਾਨ ਜੈ ਕਿਸਾਨ। ਉਹਦੇ 1967 ਦੀਆਂ ਚੋਣਾਂ ਵਿੱਚ ਜਨ ਸੰਘ ਨੇ ਵੋਟਰਾਂ ਨੂੰ ਕਾਂਗਰਸ ਤੇ ਤੰਬਾਕੂ ਛੱਡਣ ਦਾ ਸਲਾਮੀ ਨਾਰਾ ਦਿੱਤਾ। ਨਾਰਾ ਸੀ ਜਨ ਸੰਘ ਕੋ ਵੋਟ ਦੋ, ਬੀੜੀ ਪੀਣਾ ਛੋੜ ਦੋ, ਬੀੜੀ ਮੇ ਤੰਬਾਕੂ ਹੈ, ਕਾਂਗਰਸ ਵਾਲਾ ਡਾਕੂ ਹੈ। ਕਾਂਗਰਸ ਨੇ 1971 ਦੇ ਵਿੱਚ ਗਰੀਬੀ ਹਟਾਓ ਇੰਦਰਾ ਲਿਆਓ ਦਾ ਨਾਰਾ ਦਿੱਤਾ। ਜਨ ਸੰਘ ਨੇ ਮੋੜਵਾ ਨਾਰਾ ਦਿੱਤਾ, ਦੇਖੋ ਇੰਦਰਾ ਕਾ ਯੇ ਖੇਲ, ਖਾ ਗਈ ਰਾਸ਼ਨ ਪੀ ਗਈ ਤੇਲ। ਜਨਤਾ ਪਾਰਟੀ ਨੇ 1975 ਦੇ ਵਿੱਚ ਨਾਰਾ ਦਿੱਤਾ, ਇੰਦਰਾ ਹਟਾਓ ਦੇਸ਼ ਬਚਾਓ। ਬਿਹਾਰ 'ਚ ਇੱਕ ਨਾਰਾ ਬਹੁਤ ਗੂੰਜਿਆ, ਜਬ ਤੱਕ ਰਹੇਗਾ ਸਮੋਸੇ ਮੇ ਆਲੂ, ਤਬ ਤੱਕ ਰਹੇਗਾ ਬਿਹਾਰ ਮੇ ਲਾਲੂ। ਬਸਪਾ ਦੇ ਨਾਰੇ ਦੀ ਗੱਲ ਕਰੀਏ ਤਾਂ ਚਲੇਗਾ ਹਾਥੀ ਉਡੇਗੀ ਧੂਲ, ਨਾ ਰਹੇਗਾ ਹਾਥੀ ਨਾ ਰਹੇਗਾ ਕਮਲ ਕਾ ਫੂਲ। ਉੱਤਰ ਪ੍ਰਦੇਸ਼ ਦੇ ਵਿੱਚ ਦੋ ਨਾਰੇ ਸਮਾਜਵਾਦੀ ਪਾਰਟੀ ਦੇ ਵੋਟਰਾਂ 'ਚ ਪ੍ਰਚਲਿਤ ਹੋਏ, ਵਿਕਾਸ ਕਾ ਪਹੀਆ ਅਖਿਲੇਸ਼ ਭਈਆ ਅਤੇ ਵਿਕਾਸ ਕੀ ਚਾਬੀ ਡਿੰਪਲ ਭਾਬੀ। ਦੇਖਿਆ ਜਾਵੇ ਤਾਂ ਇਹ ਨਾਰੇ ਹੀ ਨੇ ਜੋ ਲੁਕਾਈ ਦੇ ਦਰਦ ਦਾ ਪ੍ਰਗਟਾਵਾ ਕਰਦੇ ਨੇ। ਇਹਨਾਂ ਜ਼ਰੀਏ ਨੇਤਾ ਲੋਕ ਇੱਕ ਦੂਜੇ ਦੀ ਚੀਰ ਫਾੜ ਕਰਦੇ ਨੇ। ਚੋਣਾਂ ਮੌਕੇ ਸਿਆਸੀ ਧਿਰਾਂ ਦੇ ਵੱਲੋਂ ਵਿਸ਼ੇਸ਼ ਨਾਰੇ ਘੜੇ ਜਾਂਦੇ ਨੇ ਜੋ ਲੋਕ ਮਨਾਂ 'ਤੇ ਸਿੱਧਾ ਪ੍ਰਭਾਵ ਛੱਡਦੇ ਨੇ। ਕਾਂਗਰਸ ਨੇ 1984 ਦੇ ਵਿੱਚ ਨਾਰਾ ਦਿੱਤਾ, ਜਬ ਤੱਕ ਸੂਰਜ ਚਾਂਦ ਰਹੇਗਾ ਇੰਦਰਾ ਤੇਰਾ ਨਾਮ ਰਹੇਗਾ। ਜਦੋਂ ਇੰਦਰਾ ਗਾਂਧੀ 1978 ਵਿੱਚ ਚਿਕਮਗਲੂਰ ਦੀ ਜਿਮਨੀ ਚੋਣ ਜਿੱਤੀ ਸੀ ਉਦੋਂ ਨਾਰਾ ਗੂੰਜਿਆ ਸੀ, ਏਕ ਸ਼ੇਰਨੀ ਸੋ ਲੰਗੂਰ, ਚਿਕਮਗਲੂਰ ਚਿਕਮਗਲੂਰ। 2019 ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਕਿਹਾ ਸੀ ਅਬ ਹੋਗਾ ਨਿਆਂ, ਹੁਣ ਇੰਡੀਆ ਗਠਜੋੜ ਦਾ ਸਰਬ ਸਾਂਝਾ ਨਾਰਾ ਹੈ, ਦੇਸ਼ ਤੇ ਸੰਵਿਧਾਨ ਬਚਾਓ ਭਾਜਪਾ ਹਰਾਓ। 2014 ਵਿੱਚ ਭਾਜਪਾ ਨੇ ਨਾਰਾ ਦਿੱਤਾ ਅਬ ਕੀ ਬਾਰ ਮੋਦੀ ਸਰਕਾਰ, ਉਸ ਤੋਂ ਬਾਅਦ ਅੱਛੇ ਦਿਨ ਆਉਣ ਵਾਲੇ ਹੈ। ਭਾਜਪਾ ਨੇ 2019 ਵਿੱਚ ਕਿਹਾ ਫਿਰ ਇੱਕ ਬਾਰ ਮੋਦੀ ਸਰਕਾਰ। 1991 ਵਿੱਚ ਭਾਜਪਾ ਦਾ ਨਾਰਾ ਸੀ ਸਭ ਕੋ ਪਰਖਾ ਹਮਕੋ ਪਰਖੋ। ਇਵਨ ਨਿਊਕਲ ਟੈਸਟ ਕਰਨ ਮਗਰੋਂ ਭਾਜਪਾ ਨੇ ਗੂੰਜ ਪਾਈ ਸੀ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ।
ਸ਼ਾਈਨਿੰਗ ਇੰਡੀਆ ਦਾ ਨਾਰਾ ਤਾਂ ਜਲਵਾ ਨਹੀਂ ਦਿਖਾ ਸਕਿਆ। ਕਾਂਗਰਸ ਨੇ 2009 ਦੇ ਵਿੱਚ ਜ਼ੋਰਦਾਰ ਨਾਰਾ ਦਿੱਤਾ ਸੀ, ਸੋਨੀਆ ਨਹੀਂ ਇਹ ਆਂਦੀ ਹੈ, ਦੂਸਰੀ ਇੰਦਰਾ ਗਾਂਧੀ ਹੈ। ਸੋ ਅਜਿਹੇ ਨਾਰੇ ਚੋਣਾਂ ਦੇ ਦਰਮਿਆਨ ਜਦੋਂ ਲੋਕਾਂ ਦੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਦੇ ਦਿਲਾਂ ਤੇ ਸਿੱਧਾ ਅਸਰ ਪਾਉਂਦੇ ਨੇ। ਕਿਸਾਨ ਧਿਰਾਂ ਦੇ ਨਾਰੇ ਜ਼ੋਰਮਈ ਹੁੰਦੇ ਰਹੇ ਹਨ, ਜੋ ਇੱਕ ਲਹਿਰ ਦੇ ਵਿੱਚ ਹੁੰਦੇ ਸਨ। ਕਿਸਾਨਾਂ ਦਾ ਨਾਰਾ ਸਿਖਰ ਤੇ ਰਿਹਾ, ਸਾਲ 84 ਦੇਣਾ ਕੱਟ 84 ਨੂੰ, ਕਣਕ ਤੇ ਕਰਜ਼ਾ ਨਹੀਂ ਦੇਣਾ ਚੋਰਾਂ ਦੀ ਮਾਸੀ ਨੂੰ। ਕਿਸਾਨਾਂ ਨੇ ਕਰਜ਼ੇ ਨਾ ਮੋੜਨ ਅਤੇ ਕੇਂਦਰ ਨੂੰ ਕਣਕ ਨਾ ਦੇਣ ਦੀ ਗੱਲ ਆਖੀ ਸੀ। ਜਦੋਂ ਸੁਰਜੀਤ ਸਿੰਘ ਬਰਨਾਲਾ ਕਿਸਾਨਾਂ ਦੀਆਂ ਆਸਾਂ ਤੇ ਖਰੇ ਨਾ ਉਤਰੇ ਤਾਂ ਧਰਨਿਆਂ ਦੇ ਵਿੱਚ ਨਾਰਾ ਗੂੰਜਿਆ, ਆ ਗਿਆ ਬਰਨਾਲਾ ਕਰਾ ਲਓ ਮੰਗਾਂ ਪੂਰੀਆਂ। ਜਦੋਂ ਦੇਸ਼ ਵਿੱਚ ਤੇਲ ਦੀ ਕਮੀ ਆਈ ਤਾਂ ਪੰਜਾਬ ਵਿੱਚ ਕਿਸਾਨਾਂ ਦੇ ਨਾਰੇ ਦੀ ਗੂੰਜ ਪਈ, ਇੰਦਰਾ ਤੇਰੀ ਸੜਕ ਤੇ ਖਾਲੀ ਢੋਲ ਖੜਕ ਦੇ।